ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢੇ ਜਾਣ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਤੇ ਵੱਡੇ ਸਵਾਲ ਚੁੱਕੇ। ਕਿਹਾ ਵਿਕਰਮਜੀਤ ਸਿੰਘ ਮਜੀਠੀਆ ਅਤੇ ਸੁਖਬੀਰ ਬਾਦਲ ਜਦ ਤੱਕ ਪਾਰਟੀ ਵਿੱਚ ਰਹਿਣਗੇ ਟਕਸਾਲੀ ਨਹੀਂ ਵਾਪਸ ਮੁੜਨ ਵਾਲੇ। ਜਿੰਨਾ ਚਿਰ ਤੱਕ ਉਹ ਉਸ ਅਕਾਲੀ ਦਲ ਦੀ ਕਮਾਂਡ ਕਰਦੇ ਰਹਿਣਗੇ ਸਾਡਾ ਅਕਾਲੀ ਦਲ ਦੇ ਨਾਲ ਕਦੀ ਰਲੇਵਾ ਨਹੀਂ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਬਾਗੀ ਟਕਸਾਲੀ ਆਗੂਆਂ ਤੇ ਵੱਡੀ ਕਾਰਵਾਈ ਕਰਦੇ ਹੋਏ ਪਾਰਟੀ 'ਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਸੀ। ਇਸ ਕਾਰਵਾਈ 'ਚ ਰਣਜੀਤ ਸਿੰਘ ਬ੍ਰਹਮਪੁਰਾ, ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ 'ਚੋਂ ਲਾਂਭੇ ਕਰ ਦਿੱਤਾ ਗਿਆ ਸੀ। ਸਿੰਘ ਬ੍ਰਹਮਪੁਰਾ ਸਾਹਿਬ ਨੂੰ, ਡਾਕਟਰ ਰਤਨ ਸਿੰਘ ਜੀ ਜਨਾਲਾ ਨੂੰ ਅਤੇ ਅੰਮ੍ਰਿਤਪਾਲ ਬੋਨੀ ਅਤੇ ਰਵਿੰਦਰ ਸਿੰਘ ਨੂੰ ਜਿਹੜਾ ਵਾ ਪਾਰਟੀ 'ਚੋਂ ਬਰਖਾਸਤ ਕਰ ਦਿੱਤਾ ਗਿਆ। ਪਾਰਟੀ ਤੋਂ ਲਾਂਭੇ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਖਿਲਾਫ਼ ਜੰਮ ਕੇ ਭੜਾਸ ਕੱਢੀ ਅਤੇ ਕਿਹਾ ਕਿ ਸੁਖਬੀਰ ਬਾਦਲ, ਵਿਕਰਮਜੀਤ ਸਿੰਘ ਮਜੀਠੀਆ ਨੇ ਪਾਰਟੀ ਨੂੰ ਤਬਾਹ ਕਰਤਾ ਏ। ਅਕਾਲੀ ਦਲ ਨੂੰ ਜੇ ਬਚਾਉਣਾ ਵਾ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਤੇ ਵਿਕਰਮ ਸਿੰਘ ਮਜੀਠਾ ਜਿਹੜਾ ਉਹ ਅਸਤੀਫੇ ਦੇਣ। ਪਾਰਟੀ ਦੀ ਕਮਾਨ ਜਦੋਂ ਤੱਕ ਸੁਖਬੀਰ ਬਾਦਲ ਦੇ ਹੱਥ ਵਿੱਚ ਹੈ ਉਦੋਂ ਤੱਕ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਈ ਵਾਰ ਅਪੀਲ ਕੀਤੀ ਸੀ ਕਿ ਅਕਾਲੀ ਦਲ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਪਰਵਾਹ ਨਹੀਂ ਕੀਤੀ, ਜਿਸ ਦਾ ਇਹ ਨਤੀਜਾ ਏ। ਚੰਡੀਗੜ੍ਹ ਕਿਹਾ ਵੀ ਬਾਦਲ ਸਾਹਿਬ ਮੈਂਬਰਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਕੋਲ ਪਿੱਟਦਾ ਰਿਹਾ, ਰੌਲਾ ਪਾਉਂਦਾ ਰਿਹਾ ਕਿ ਇਹਦਾ ਹਸ਼ਰ ਮਾੜਾ ਹੋਊਗਾ, ਆਪਾਂ ਪੰਥ ਤੋਂ ਦੂਰ ਨਾ ਜਾਈਏ, ਧਰਮ ਤੋਂ ਦੂਰ ਨਾ ਜਾਈਏ। ਅਤੇ ਵੇਖ ਲਓ ਅੱਜ ਜੇ ਆਪਾਂ ਧਰਮ ਤੋਂ ਦੂਰ ਗਏ ਹਾਂ ਅਤੇ ਆਪਾਂ ਪੰਥ ਤੋਂ ਦੂਰ ਗਏ ਹਾਂ ਤਾਂ ਵੇਖ ਲਓ ਆਪਣੀ ਕੀ ਕਿੰਨੀ ਮਾੜੀ ਹਾਲਤ ਹੋਈ ਆ। ਅਤੇ ਸੁਖਬੀਰ ਜੀ ਤੁਹਾਨੂੰ ਜਿਹੜਾ ਵਾ ਅਸਤੀਫਾ ਦੇ ਦੇਣਾ ਚਾਹੀਦਾ ਵਾ, ਕਿਉਂਕਿ ਤੁਸੀਂ ਜਰਨੈਲ ਆ, ਜੇ ਜਿੱਤ ਹੋਵੇ ਤਾਂ ਉਹ ਵੀ ਜਰਨੈਲ ਨੂੰ ਸੋਭਾ ਆਉਂਦੀ ਆ, ਅਤੇ ਜੇ ਹਾਰ ਹੋਵੇ ਤਾਂ ਉਹ ਵੀ। ਅਤੇ ਉੱਥੇ ਵੀ ਬ੍ਰਹਮਪੁਰਾ ਸਾਹਿਬ ਦੇ ਨਾਲ ਨੂੰ ਕਹਿੰਦੇ ਕਿ ਤੁਸੀਂ ਪ੍ਰਧਾਨ ਬਣ ਜਾਓ। ਬ੍ਰਹਮਪੁਰਾ ਸਾਹਿਬ ਕਹਿੰਦੇ ਮੈਂ ਪ੍ਰਧਾਨ ਬਣਨ ਵਾਸਤੇ ਨਹੀਂ ਗੱਲਾਂ ਕੀਤੀਆਂ, ਮੈਂ ਤਾਂ ਪਾਰਟੀ ਨੂੰ ਬਚਾਉਣ ਦੀ ਖਾਤਰ ਗੱਲਾਂ ਕੀਤੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੜਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਵਾ। 98 ਸਾਲ ਪੁਰਾਣੀ ਪਾਰਟੀ ਆ, ਇਸ ਪਾਰਟੀ ਨੇ ਬੜੇ ਬੜੇ ਵੱਡੇ ਮੋਰਚੇ ਲਾਏ ਸੀ, ਚਾਬੀਆਂ ਦਾ ਮੋਰਚਾ ਲੱਗਾ, ਜੈਤੋ ਕਾ ਮੋਰਚਾ ਲੱਗਾ, ਧਰਮਯੁੱਧ ਮੋਰਚਾ, ਐਮਰਜੈਂਸੀ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ। ਭਾਵ ਕਹਿੰਦਾ ਵੀ ਇਹ ਧਰਮ ਦੀ ਰੱਖਿਆ ਵਾਸਤੇ ਸੀ, ਜ਼ੁਲਮ ਦੇ ਟਾਕਰੇ ਵਾਸਤੇ ਇਹ ਪਾਰਟੀ ਹਮੇਸ਼ਾ ਖੜ੍ਹੀ ਹੋਈ ਆ, ਅਤੇ ਆਪਾਂ ਇਸ ਪਾਰਟੀ ਨੂੰ ਮਰਨ ਦੀ ਦਿਨਾਂ ਬਚਾ ਕੇ ਰੱਖੀਏ। ਪਰ ਉਹ ਸੁਣਵਾਈ ਨਹੀਂ ਹੋਈ ਅਤੇ ਹਾਰ ਕੇ ਬ੍ਰਹਮਪੁਰਾ ਸਾਹਿਬ ਨੇ ਪ੍ਰੈਸ ਦੇ ਵਿੱਚ ਜਾ ਕੇ ਅਤੇ ਮੁੜ ਕੇ ਉਹ ਤੋਂ ਬਾਅਦ ਉਹਨਾਂ ਨੇ ਅਸਤੀਫੇ ਵੀ ਦੇ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਸਾਹਿਬ ਅਕਾਲੀ ਦਲ ਦੀ ਕਮਾਨ ਆਪਣੇ ਹੱਥ ਵਿੱਚ ਲੈ ਲੈਣ ਤਾਂ ਹੀ ਅਕਾਲੀ ਦਲ ਨੂੰ ਬਚਾਇਆ ਜਾ ਸਕਦਾ ਹੈ। ਜੋ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੇ ਸੱਚਾਈ ਦਾ ਮਾਰਗ ਚੁਣਿਆ ਵਾ, ਜੋ ਉਹਨਾਂ ਪਾਰਟੀ ਦੇ ਵਿੱਚ ਮੰਗ ਰੱਖੀ ਸੀ ਕਿ ਅਕਾਲੀ ਦਲ ਨੂੰ ਜੇ ਬਚਾਉਣਾ ਵਾ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਤੇ ਵਿਕਰਮ ਸਿੰਘ ਮਜੀਠਾ ਜਿਹੜਾ ਉਹ ਅਸਤੀਫੇ ਦੇਣ, ਅਤੇ ਅਕਾਲੀ ਦਲ ਦੀ ਵਾਗਡੋਰ ਵੱਡੇ ਬਾਦਲ ਸਾਹਿਬ ਸਾਂਭ ਲੈਣ ਅਤੇ ਅਕਾਲੀ ਦਲ ਬਚ ਸਕਦਾ ਵਾ। ਕਿਉਂਕਿ ਇਹਨਾਂ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੇ ਹੁੰਦਿਆਂ ਪ੍ਰਧਾਨਗੀ ਦੇ ਥੱਲੇ ਜੋ ਪੰਜਾਬ ਦੇ ਵਿੱਚ ਤੱਕੇ ਹੋਏ ਨੇ, ਧਰਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ, ਜੋ ਬਰਗਾੜੀ ਦੇ ਕਾਂਡ ਦੇ ਵਿੱਚ ਗੋਲੀ ਚਲਾਈ ਨਿੱਥਿਆਂ ਪਾਠ ਕਰਦਿਆਂ ਦੇ ਉੱਤੇ, ਅਤੇ ਉਹਦੇ ਤੋਂ ਸਾਰਾ ਹੀ ਸਿੱਖ ਸੰਗਤ ਵੀ ਬੜੀ ਦੁਖੀ ਸੀ ਅਤੇ ਬ੍ਰਹਮਪੁਰਾ ਸਾਹਿਬ ਵੀ ਬੜੇ ਮਨ ਤੋਂ ਦੁਖੀ ਸੀ। ਪਰ ਵਾਰ ਵਾਰ ਬੇਨਤੀਆਂ ਕੀਤੀਆਂ ਕੋਰ ਕਮੇਟੀ ਦੇ ਵਿੱਚ ਵੀ ਬਾਦਲ ਸਾਹਿਬ ਨੂੰ ਜਾਤੀ ਤੌਰ 'ਤੇ ਵੀ, ਕਿਉਂਕਿ ਬਾਦਲ ਸਾਹਿਬ ਦੇ ਨਾਲ ਬ੍ਰਹਮਪੁਰਾ ਸਾਹਿਬ ਬਹੁਤ ਨੇੜੇ ਦਾ ਸੰਬੰਧ, ਪਰਿਵਾਰ ਵਾਂਗੂ ਭਰਾ ਵਾਂਗੂ ਰਹਿੰਦੇ ਰਹੇ ਨੇ, ਬੜਾ ਲੰਮਾ ਸਮਾਂ ਰਾਜਨੀਤੀ ਦੇ ਵਿੱਚ ਇਕੱਠਿਆਂ ਜੇਲ੍ਹਾਂ ਵੀ ਕੱਟੀਆਂ, ਪਰ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਉਹ ਫਿਰ ਹਾਰ ਕੇ ਜਿਹੜਾ ਪ੍ਰੈਸ 'ਚ ਚਲੇ ਗਏ। ਉਹਨਾਂ ਕਿਹਾ ਕਿ ਪਾਰਟੀ ਨੂੰ ਹਾਂ ਹਾਂ ਕਰਨ ਵਾਲੇ ਲੀਡਰ ਜ਼ਿਆਦਾ ਪਸੰਦ ਆਉਂਦੇ ਨੇ, ਜੋ ਵੀ ਪਾਰਟੀ ਖਿਲਾਫ਼ ਆਵਾਜ਼ ਚੁੱਕਦਾ ਹੈ ਉਸਦਾ ਅਜਿਹਾ ਹਾਲ ਹੀ ਹੁੰਦਾ ਹੈ। ਦੇਖੋ ਮੈਂ ਤੁਹਾਨੂੰ ਦੱਸਾਂ ਜੀ, ਇਹ ਜਿਹੜੇ ਚਾਪਲੂਸ ਹੁੰਦੇ ਨੇ ਨਾ, ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ। ਇਹਨਾਂ ਨੂੰ ਇਹਨਾਂ ਗੱਲਾਂ ਦਾ ਨਾਲ ਕੋਈ ਨਹੀਂ ਹੁੰਦਾ ਕਿ ਅਸੀਂ ਕੀ ਲਫ਼ਜ਼ ਕਹਿ ਰਹੇ ਹਾਂ, ਕੀ ਨਹੀਂ ਕਹਿ ਰਹੇ, ਅਸੀਂ ਕਿਹਦੀ ਤੁਲਨਾ ਕਿਹਦੇ ਨਾਲ ਕਰ ਰਹੇ ਹਾਂ। ਇਹਨਾਂ ਨੂੰ ਇਹ ਹੁੰਦਾ ਕਿ ਅਸੀਂ ਆਪਣੇ ਆਕਾਂ ਨੂੰ ਖੁਸ਼ ਕਿਸ ਤਰ੍ਹਾਂ ਕਰਨਾ, ਅਸੀਂ ਆਪਣੇ ਬੌਸ ਨੂੰ ਖੁਸ਼ ਕਿਸ ਤਰ੍ਹਾਂ ਕਰਨਾ। ਜਿੱਦਾਂ ਆਪਾਂ ਜੋਬ ਕਰਨ ਵਾਲੇ ਬੰਦੇ ਨੇ, ਉਹ ਸਟੈਨੋ ਹੁੰਦਾ ਜਾਂ ਦੂਜੇ ਹੁੰਦੇ ਨੇ, ਉਹਨਾਂ ਦਾ ਇੱਕੋ ਹੀ ਧਿਆਨ ਹੁੰਦਾ ਵੀ ਮੇਰਾ ਬੌਸ ਜਿਹੜਾ ਕੀ ਕਹਿੰਦਾ ਮੈਂ ਉਹਨੂੰ ਖੁਸ਼ ਰੱਖਣਾ। ਅਤੇ ਮੈਂ ਤਾਂ ਇੱਥੋਂ ਤੱਕ ਵੀ ਕਹਿ ਸਕਦਾ ਕਿ ਬੌਸ ਇਹ ਕਹਿੰਦੇ ਨਾ ਵੀ ਹੁਣ ਰਾਤ ਪੈ ਗਈ ਹੈ, ਅਤੇ ਕਈ ਵਾਰ ਨਾਲ ਦਾ ਬੰਦਾ ਕਹਿੰਦਾ ਹਾਂਜੀ ਰਾਤ ਪੈ ਗਈ ਆ, ਅਤੇ ਉਹ ਜੇ ਭਾਵੇਂ ਰਾਤ ਪਈ ਹੋਵੇ, ਹਨੇਰਾ ਹੋਵੇ, ਕੁੱਪ ਤੋਂ ਕਹੋ ਨਾ ਬੌਸ ਵੀ ਦਿਨ ਚੜਿਆ, ਹਾਂਜੀ ਹਾਂਜੀ ਜਨਾਬ ਦਿਨ ਚੜਿਆ ਵਾ। ਇਹ ਲੋਕ ਕੁਛ ਇਸ ਤਰ੍ਹਾਂ ਦੇ ਸਾਡੇ ਇਹ ਰਾਜਨੀਤੀ ਦੇ ਵਿੱਚ ਹੁੰਦੇ ਨੇ, ਇਹ ਕੋਈ ਵੱਡੀ ਗੱਲ ਨਹੀਂ। ਚੱਕ ਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।